ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਹੋ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਤੇ ਅਮੀਰ ਕਰਦੇ ਹਾਂ ਕਿ ਸਰੋਤੇ ਵੀਰੋ ਤੁਸੀਂ ਠੀਕ ਠਾਕ ਹੋਵੋਗੇ ਤੇ ਗੱਲਬਾਤ ਕਰਦੇ ਹਾਂ ਜੀ ਅੱਜ ਸਵੇਰ ਦੀਆਂ ਤਾਜ਼ਾ ਤੇ ਵੱਡੀਆਂ ਖਬਰਾਂ ਦੀ ਅੱਜ ਦੀਆਂ ਮੀਣ-ਮੀਣ ਖਬਰਾਂ ਕੀ ਰਹਿਣ ਵਾਲੀਆਂ ਹਨ ਕਰਜ਼ਾ ਮਾਫੀ ਨੂੰ ਲੈ ਕੇ ਕਿਸਾਨਾਂ ਦੇ ਲਈ ਵੱਡੀ ਅਪਡੇਟ 11 ਦਸੰਬਰ ਨੂੰ ਕਿਸਾਨ ਸਿੰਘੂ ਬਾਡਰ ਤੇ ਕਰਨਗੇ ਵੱਡਾ ਇਕੱਠ ਭਾਈਪਾਤ ਵਿੱਚ ਸ਼ਾਮਲ ਹੋਏ ਪ੍ਰਤਾਪ ਸਿੰਘ ਬਾਯਬਾ ਅਤੇ ਹੋਰ ਵੀ ਨਮੀਆਂ ਅਤੇ ਵੱਡੀਆਂ ਖਬਰਾਂ ਤੇ ਜਾਣਨਾ ਪਾਵਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਕਿ ਜਿਹੜੇ ਸਰੋਤੇ ਵੀਰ ਨਵੇਂ ਚੈਨਲ ਦੇ ਨਾਲ ਜੁੜੇ ਹਨ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦਿੱਤੇ ਹੋਏ ਘੰਟੀ ਵਾਲੇ ਬਟਨ ਨੂੰ ਵੀ ਦਬਾ ਲੈਣਾ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਗੱਲਬਾਤ ਕਰਦੇ ਹਾਂ ਜੀ ਅੱਜ ਦੀ ਪਹਿਲੀ ਵੱਡੀ ਖਬਰ ਦੀ ਕਿਸਾਨ ਜਥੇਬੰਦੀਆਂ ਦੇ ਵੱਲੋਂ 11 ਦਸੰਬਰ ਨੂੰ ਸਿੰਘੂ ਸਰਹੱਦ ਤੇ ਵੱਡਾ ਸ਼ਹੀਦੀ ਸਮਾਗਮ ਜਿहां ਦੋਸਤੋ ਗੈਰ ਸਿਆਸੀ ਕਿਸਾਨ ਜਥੇਬੰਦੀਆਂ ਦੇ ਵੱਲੋਂ 11 ਦਸੰਬਰ ਨੂੰ ਸਿੰਘੋ ਬਾਡਰਾ ਦਿੱਲੀ ਵਿਖੇ ਵੱਡਾ ਸ਼ਹੀਦੀ ਸਮਾਗਮ ਕਰਵਾਇਆ ਜਾਵੇਗਾ ਤੇ ਇਹ ਪ੍ਰੋਗਰਾਮ ਲਖੀਮਪੁਰ ਖੇੜੀ ਹਿੰਸਾ ਮਾਮਲੇ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਨੂੰ ਸਮਰਪਿਤ ਹੋਵੇਗਾ। ਇਸ ਦਿਨ ਨੂੰ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਵੇਗਾ ਤੇ ਦਿੱਲੀ ਵੱਲ ਮਾਰਚ ਵੀ ਕੱਢਿਆ ਜਾਵੇਗਾ ਤੇ ਇਸ ਸਮਾਗਮ ਦੇ ਵਿੱਚ ਕਿਸਾਨ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੱਦਾ ਦਿੱਤਾ ਜਾਵੇਗਾ। 26 ਤਰੀਕ ਨੂੰ ਸਿੰਘੂ ਬਾਰਡਰ ਦਿੱਲੀ ਵਿਖੇ ਗੈਰ ਸਿਆਸੀ ਕਿਸਾਨ ਜਥੇਬੰਦੀਆਂ ਦੀ ਵੱਡੀ ਮੀਟਿੰਗ ਹੋਵੇਗੀ। ਲਾਈਵ ਹੋ ਅਫਸਾਨਾ ਖਾਨ ਨੇ NIA ਦੇ ਨਾਲ ਹੋਈ ਪੁੱਛਗਿੱਛ ਤੋਂ ਚੁੱਕਿਆ ਪਰਦਾ ਸਿੱਧੂ ਮੂਸੇਵਾਲਾ ਨੂੰ ਲੈ ਕੇ ਆਖੀਆਂ ਇਹ ਗੱਲਾਂ। ਜਿਵੇਂ ਦੋਸਤੋ ਕੇਂਦਰੀ ਜਾਂਚ ਏਜੰਸੀ ਦੇ ਵੱਲੋਂ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਪੁੱਛਗਿੱਛ ਕੀਤੇ ਜਾਣ ਮਗਰੋਂ ਕੱਲ ਅਫਸਾਨਾ ਖਾਨ ਨੇ ਇੰਸਟਾਗ੍ਰam ਤੇ ਲਾਈਵ ਹੋ ਕੇ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ ਤੇ ਅਫਸਾਨਾ ਖਾਨ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਮੇਰਾ ਭਰਾ ਸੀ ਰਵੇਗਾ ਤੇ ਮੈਂ ਭਰਾ ਮੰਨਦੇ ਹਾਂ ਸਾਡੀ ਗਾਇਕੀ ਦਾ ਜੋੜ ਨਾ ਇੱਕ ਸੀ ਤੇ ਇਸ ਕਰਕੇ ਸਾਡਾ ਪਿਆਰ ਜ਼ਿਆਦਾ ਸੀ ਤੇ ਕੁੜੀਆਂ ਦੀ ਹਮੇਸ਼ਾ ਬਾਈ ਨੇ ਇੱਜ਼ਤ ਕੀਤੀ ਆ ਤੇ ਮੈਂ ਹਮੇਸ਼ਾ ਉਹਨਾਂ ਦੀ ਇੱਜ਼ਤ ਕਰਦੀ ਰ੍ਹਾਂਗੀ ਤੇ ਇਹ ਕੋਈ ਮਤਲਬ ਨਹੀਂ ਹੈ ਕਿ ਜਾ ਰੋਟੀਆਂ ਸੇਕਣ ਦੇ ਲਈ ਨਹੀਂ ਹੈ ਅਤੇ ਬਾਈ ਨੂੰ ਵੀ ਦੋਗਲੇ ਲੋਕਾਂ ਨੇ ਜੋ ਨਹੀਂ ਦਿੱਤਾ ਤੇ ਬਾਈ ਨੇ ਕਿਹਾ ਸੀ ਕਿ ਇੱਥੇ ਸੱਚੇ ਆ ਬੰਦਾ ਲਈ ਮਰਨਾ ਪੈਂਦਾ ਤੇ ਰੱਬ ਵਰਗਾ ਹੀਰਾ ਉਹ ਬੰਦਾ ਤੁਸੀਂ ਗਵਾ ਕੇ ਰੱਖ ਦਿੱਤਾ ਤੇ ਕਦਰ ਕਰਨੇ ਸਿੱਖੋ ਕਿੰਨੇ ਹੀਰੇ ਤੁਸੀਂ ਗਵਾ ਦਿੱਤੇ ਹਨ ਤੇ ਕਲਾਕਾਰ ਦਾ ਦਿਲ ਬਹੁਤ ਨਰਮ ਹੁੰਦਾ ਹੈ ਤੇ ਅਸੀਂ ਕਿਸੇ ਨੂੰ ਮਾਰ ਕੇ ਫੇਮ ਨਹੀਂ ਪਾਲਦੇ ਐਨਆਈਏ ਦੇ ਨਾਲ ਜਿਹੜੀ ਮੇਰੀ ਪੁੱਛਗੈਚ ਹੋਈ ਆ ਤੇ ਮੈਂ ਉਸ ਤੋਂ ਬਹੁਤ ਖੁਸ਼ ਹਾਂ ਤੇ ਐਨਆਈਏ ਕੋਲ ਬਾਈ ਦਾ ਕੇਸ ਚੱਲਾ ਗਿਆ ਤੇ ਸਾਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਇਹ ਇੱਕ ਸੱਚੀ ਏਜੰਸੀ ਆ ਤੇ ਸਾਨੂੰ ਇਨਸਾਫ ਜਰੂਰ ਮਿਲੇਗਾ ਚੱਪਲਾਂ ਪਾ ਕੇ ਕਾਰ ਚਲਾ ਸਕਦੇ ਹੋ ਨਹੀਂ ਹੋਵੇਗਾ ਚਲਾਨ ਜਾਣੋ ਕੀ ਕਿਹਾ ਕੇਂਦਰੀ ਮੰਤਰੀ ਨਿਤਨਾ ਗੜਕਰੀ ਨੇ ਜੀ ਆਹ ਦੋਸਤੋ ਬਹਾਨੇ ਦੇ ਚਲਾਨਾ ਕੱਟਣ ਦੀ ਇਹਨੇ ਦਿਨ ਕਾफी ਚਰਚਾ ਤੇ ਹਦੇ ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ ਵਾਕ-ਵਾਖਾ ਤਰ੍ਹਾਂ ਦੇ ਚਲਾਨਾ ਬਾਰੇ ਕਈ ਖਬਰਾਂ ਤੇ ਪੋਸਟਾਂ ਹੰਤੇ ਜਿਵੇਂ ਅੱਧੀ ਬਾਹਾਂ ਵਾਲੀ ਕਮੀਜ਼ ਉੱਤੇ ਚਲਾਨ ਅ ਲੁੰਗੀ ਜਾਂ ਬਨਾਨਾ ਪਾ ਕੇ ਗੱਡੀ ਚਲਾਉਂਦੇ ਹੋ ਤਾਂ ਚਲਾਨ ਜੇਕਰ ਕਾਰ ਦਾ ਸੀਸਾ ਗੰਦਾ ਹੈ ਤਾਂ ਕਾਰ ਵਿੱਚ ਬਾਧੂ ਬਲਵ ਐ ਨਹੀਂ ਹੈ ਤਾਂ ਵੀ ਚਲਾਨ ਅਧਿਕਾਰ ਤੁਸੀਂ ਚੱਪਲਾ ਪਾ ਕੇ ਗੱਡੀ ਚਲਾਉਂਦੇ ਹੋ ਤਾਂ ਚਲਾਨ ਪਰ ਇਹ ਪਤਾ ਲਗਾਉਣਾ ਬਹੁਤ ਜ਼ਰੂਰੀ ਹੈ ਕਿ ਇਹਨਾਂ ਗੱਲਾਂ ਵਿੱਚ ਕਿੰਨੀ ਸਚਾਈ ਹੈ ਹਾਲਾਂਕਿ ਇਹਨਾਂ ਸਾਰੀਆਂ ਗੱਲਾਂ ਦੇ ਸਚਾਈ ਬਾਰੇ ਕੇਂਦਰੀ ਮੰਤਰੀ ਨਿਤਨ ਗਠਕਰੀ ਨੇ ਦੋ ਸਾਲ ਪਹਿਲਾਂ ਇੱਕ ਟਵੀਟ ਵਿੱਚ ਖੁਦ ਜਾਣਕਾਰੀ ਦਿੱਤੀ ਸੀ ਅਤੇ ਦੱਸਿਆ ਸੀ ਕਿ ਕਿਹੜੀਆਂ ਗੱਲਾਂ ਦੇ ਉੱਤੇ ਚਲਾਨ ਨਹੀਂ ਅਤੇ ਅਜਿਹਾਂ અપਬਾਵਾਂ ਦੇ ਉੱਤੇ ਧਿਆਨ ਨਾ ਦਿੱਤਾ ਜਾਵੇ ਤੇ ਪਰ ਸਮੇਂ ਦੇ ਬੀਤਣ ਦੇ ਨਾਲ ਇਹ ਸਭ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਲੱਗੇ ਹਨ ਆ ਲੋਕ ਇਹਨਾਂ ਸਾਰੀਆਂ ਚੀਜ਼ਾਂ ਤੋਂ ਡਰਦੇ ਹਨ ਕਿ ਐਸਾ ਡਰ ਦੇ ਕਾਰਨ ਉਹ ਕਈ ਵਾਰ ਹੋਰ ਗਲਤੀਆਂ ਕਰ ਲੈਂਦੇ ਹਨ। ਅਜਿਹੀ ਸਥਿਤੀ ਦੇ ਵਿੱਚ ਸਾਨੂੰ ਇਸ ਗੱਲ ਦੇ ਬਾਰੇ ਧਿਆਨ ਦੇਣ ਦੀ ਲੋੜ ਹੈ ਕਿ ਕਿਹੜੀਆਂ ਚੀਜ਼ਾਂ ਦਾ ਚਲਾਨ ਹੋਵੇਗਾ ਜਾਂ ਨਹੀਂ ਇਹਦੇ ਲਈ। ਅਸੀਂ ਇੱਥੇ ਨਿਤਨ ਗੜਕਰੀ ਦਾ ਟਵੀਟ ਵੀ ਸਾਂਝਾ ਕਰ ਰਿਹਾ ਕਿ ਤੁਸੀਂ ਇਸ ਨੂੰ ਆਸਾਨੀ ਦੇ ਨਾਲ ਸਮਝ ਸਕੋ ਅਤੇ ਕਿਸੇ ਅਫਵਾਹ ਦਾ ਸ਼ਿਕਾਰ ਨਾ ਹੋਵੋ। ਕੇਂਦਰੀ ਮੰਤਰੀ ਨਿਤਨ ਗੜਕਰੀ ਨੇ ਟਵੀਟ ਕਰਕੇ ਸਪਸ਼ਟ ਕੀਤਾ ਕਿ ਕਿਹੜੇ ਮਾਮਲੇ ਦੇ ਉੱਤੇ ਕੋਈ ਚਲਾਨ ਨਹੀਂ ਹੈ ਤੇ ਲੋਕ ਅਪਵਾਮਾਂ ਦਾ ਸ਼ਿਕਾਰ ਹੋ ਰਹੇ ਹਨ ਅੱਧੀ ਬਾਹ ਵਾਲੀ ਕਮੀਜ਼ ਪੌਣ ਤੇ ਅਲੂੰਗੀ ਪਹਿਨਣ ਤੇ ਗੱਡੀ ਚਲਾਉਣ ਤੇ ਚਪਲਾਂ ਪਾ ਕੇ ਕਾਰ ਚਲਾਉਣਾ ਕਾਰ ਦਾ ਸ਼ੀਸ਼ਾ ਗੰਦਾ ਹੋਣਾ ਕਾਰ ਦੇ ਵਿੱਚ ਕੋਈ ਬਾਧੂ ਬਲਬ ਨਾ ਹੋਣਾ ਅਗਠਕਰੀ ਨੇ ਸਪੱਸ਼ਟ ਕੀਤਾ ਕਿ ਮੋਟਰ ਵਹੀਕਲ ਐਕਟ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਸੇ ਵੀ ਚੀਜ਼ ਦਾ ਚਲਾਨ ਨਹੀਂ ਕੀਤਾ ਜਾਂਦਾ ਹਾਲਾਂਕਿ ਸੀਟ ਬੈਲਟ ਨਾ ਲਗਾਉਣਾ ਹੈਲਮਟਾ ਨਾ ਪੋਣਤੇ ਜੋ ਤੁਹਾਡੇ ਸੁਰੱਖਿਆ ਕਰਦੇ ਹਨ ਵਰਗੇ ਮਹੱਤਵਪੂਰਨ ਕੰਮਾਂ ਦੇ ਲਈ ਚਲਾਨ ਕੱਟੇ ਜਾਂਦੇ ਹਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਆਪਰੇਟਰ ਪਤੀ ਜਗਦੀਪ ਧਨਖੜਾ ਤਾਂ ਦੋਸਤੋ ਦੇਖਦੇ 14ਵੇਂ ਆਪਰੇਟਰ ਪਤੀ ਜਗਦੀਪ ਧਨਖੜਾ ਕੱਲ ਆਪਣੇ ਪਰਿਵਾਰ ਦੇ ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੇ ਲਈ ਪਹੁੰਚੇ ਤੇ ਸ੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਉਨ੍ਹਾਂ ਨੇ ਅਗੁਰੂ ਰਾਮਦਾਸ ਲੰਗਰ ਹਾਲ ਦੇ ਵਿੱਚ ਪੰਗਤ ਦੇ ਨਾਲ ਬੈਠ ਕੇ ਲੰਗਰ ਛਕਿਆ ਤੇ ਉਥੇ ਅਝੂਠੇ ਭਾਂਡੇ ਸਾਫ਼ ਕਰਨ ਦੀ ਸੇਵਾ ਕੀਤੀ। ਮਿਲੀ ਜਾਣਕਾਰੀ ਦੇ ਅਨੁਸਾਰ ਉਪ ਪ੍ਰਾਧਾਨ ਜਗਦੀਪਾ ਤਨਖੜ ਨੂੰ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਤੇ ਇਸ ਮੌਕੇ ਬੰਦੇ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਪ ਪ੍ਰਧਾਨ ਜਗਦੀਪਾ ਧਨਖੜ ਨੂੰ ਮੰਗ ਪੱਤਰ ਵੀ ਦਿੱਤਾ। ਬੀਬੀ ਜੰਗੀਰ ਕੌਰ ਦੇ ਸੁਖਵੀਰ ਬਾਦਲ ਨੂੰ ਸਲਾਹ ਇਸ ਵਾਰ ਲਫਾਫੇ ਦੇ ਵਿੱਚੋਂ ਨਾ ਨਿਕਲੇ ਐ ਜੀ ਪੀ ਸੀ ਦਾ ਪ੍ਰਧਾਨ ਜੀ ਆਹਨ ਦੋਸਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਹੈ ਕਿ ਇਸ ਵਾਰ ਐ ਜੀ ਪੀ ਸੀ ਦਾ ਪ੍ਰਧਾਨ ਲਫਾਫੇ ਦੇ ਵਿੱਚੋਂ ਨਹੀਂ ਨਿਕਲਣਾ ਚਾਹੀਦਾ ਸਗੋਂ ਮੈਂਬਰਾਂ ਨੂੰ ਚੋਣਾਂ ਲੜਨ ਦਾ ਸੱਦਾ ਦਿੱਤਾ ਜਾਣਾ ਚਾਹੀਦਾ ਹੈ। ਇਹਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਉਹ ਆਪ ਅਭੀ ਚੋਣ ਲੜਨ ਦੇ ਲਈ ਤਿਆਰ ਹਨ ਤੇ ਇਸ ਬੰਦੇ ਜਗਬਾਣੀ ਦੇ ਨਾਲ ਗੱਲਬਾਤ ਕਰਦਿਆ ਬੀਬੀ ਜੰਗੀਰ ਕੌਰ ਦਾ ਕਹਿਣਾ ਹੈ ਕਿ ਲੋਕਾਂ ਦੇ ਵਿੱਚ ਚਰਚਾ ਕੇ ਅਖੀਰਲੇ ਮੌਕੇ ਤੇ ਆ ਕੇ ਲਫਾਫੇ ਦੇ ਵਿੱਚੋਂ ਪ੍ਰਧਾਨ ਕੱਢ ਲਿਆ ਜਾਂਦਾ ਹੈ ਇਸ ਲਈ ਉਹਨਾਂ ਨੇ ਸੁਖਬੀਰ ਬਾਦਲ ਨੂੰ ਅਪੀਲ ਕੀਤੀ ਹੈ ਕਿ ਐਸਾ ਚਰਚਾ ਨੂੰ ਖਤਮ ਕਰਨ ਦੇ ਲਈ ਉਹ ਮੈਂਬਰਾਂ ਨੂੰ ਚੋਣ ਲੜਨ ਦਾ ਸੱਦਾ ਦੇਣ ਅਤੇ ਹਾਊਸ ਦੇ ਮੈਂਬਰ ਜਿਸ ਨੂੰ ਚੋਣ ਪ੍ਰਧਾਨ ਚੁਣ ਲੈਣ LIC ਵਿੱਚ ਜਲਦ ਹੋ ਸਕਦਾ ਹੈ ਵੱਡਾ ਬਦਲਾਅ ਨਿਵੇਸ਼ਕਾਂ ਨੂੰ ਮਿਲੇਗਾ ਮਜ਼ਬੂਤ ਰਿਟਰਨ ਸਰਕਾਰ ਕਰ ਰਹੀ ਹੈ ਤਿਆਰੀ ਜੀहां ਦੋਸਤੋ ਸਰਕਾਰ ਦੇ ਸਭ ਤੋਂ ਵੱਡੇ ਬੀਮਾ ਕੰਪਨੀ LIC ਵਿੱਚ ਵੱਡੇ ਬਦਲਾਅ ਦੀ ਤਿਆਰੀ ਕਰ ਰਹੀ ਹੈ ਤੇ ਸਰਕਾਰ ਨਿਵੇਸ਼ਕਾਂ ਨੂੰ ਬਿਹਤਰ ਰਿਟਰਨ ਦੇਣ ਦੇ ਲਈ LIC ਤੇ ਆਪਣੀ ਉਤਪਾਦ ਰਣਨੀਤੀ ਬਦਲਣ ਦੇ ਲਈ ਦਬਾਅ ਬਣਾ ਰਹੀ ਹੈ ਤੇ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ 17 ਮਈ ਨੂੰ ਸਟਾਕ ਐਕਸਚੇਂਜ ਦੇ ਵਿੱਚ ਸੂਚੀਬੱਧ ਹੋਣ ਤੋਂ ਬਾਅਦ ਭਾਰਤੀ ਜੀਵਨ ਬੀਮਾ ਨਿਗਮ ਦੇ ਸ਼ੇਅਰਾਂ 949 ਰੁਪਏ ਪ੍ਰਤੀ ਸ਼ੇਅਰ ਦੀ ইস্যੂ ਕੀਮਤ ਤੋਂ ਹੇਠਾਂ ਆਪ ਵਪਾਰ ਕਰ ਰਹੇ ਹਨ ਮੰਗਲਵਾਰ ਨੂੰ ਸਟਾਕ ਪਿਛਲੇ ਬੰਦ ਦੇ ਮੁਕਾਬਲੇ 0.72 ਫਿਸਲੀ ਘਟ ਕੇ 595 ਰੁਪਏ ਤੇ 50 ਪੈਸੇ ਤੇ ਬੰਦ ਹੋਇਆ ਤੇ ਵਿਦੇਸ਼ੀ ਬ੍ਰੋਕਰ ਰੇਂਜ ਫਾਰਮ ਹਾਲਾਂਕਿ LIC ਦੇ ਆ ਕਾਰੋਬਾਰ ਨੂੰ ਲੈ ਕੇ ਉਹ ਸ਼ਾਇਦ ਤਨ ਤੇ ਉਹ ਮਹਿਸੂਸ ਕਰਦੇ ਹਨ ਕਿ LIC ਦੇ ਚੰਗੇ ਮਾਰਕੀਟ ਸੰਭਾਵਨਾਤ ਨਾਲ ਹੀ ਕੰਪਨੀ ਦੇ ਕੋਲ ਅਜਜ ਜੋਖਮਾ ਵਾਲੀਆਂ ਜਾਇਦਾਦਾਂ ਤੇ ਵੀ ਘਟ ਹਨ ਤੇ ਇਸ ਤੋਂ ਇਲਾਵਾ ਨਿਵੇਸ਼ਕਾ LIC ਦੇ ਇਹ ਮੈਟਡਾ ਵੈਲਿਊ ਨੂੰ ਲੈ ਕੇ ਵੀ ਉਤਸ਼ਾਹਿਤ ਹਨ LIC ਵਿੱਚ ਕੀ ਬਦਲਾ ਹੋਣਗੇ ਤੇ ਵਿੱਤ ਮੰਤਰੀ ਅਜ ਦੀ ਸਮੀਖਿਆ ਤੋਂ ਬਾਅਦ LIC ਪ੍ਰਬੰਧਨ ਨੂੰ ਉਹਨਾਂ ਕਰਮਾਂ ਬਾਰੇ ਸੰਵੇਦਨਸ਼ੀਲ ਬਣਾ ਰਿਹਾ ਜਿਨ੍ਹਾਂ ਦੁਆਰਾ LIC ਬਿਹਤਰ ਨਿਵੇਸ਼ਕਾਂ ਨੂੰ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਦੇ ਯੋਗ ਹੋਵੇਗਾ ਤੇ ਉਤਪਾਦਾਂ ਤੇ ਮਿਆਰੀ ਯੋਗਨਾਵਾਂ ਦੀ ਪਵਨਤਾ ਬਾਅਦ ਤੋਂ ਬਾਅਦ ਗਾਕਾਂ ਨੂੰ LIC ਬਲ ਅਕਾਰਛਤ ਕਰੇਗੀ ਇਸ ਬਾਰੇ ਜਾਣਕਾਰ ਦਿੰਦੇ ਹੋਏ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ LIC ਦੀ ਸੂਚੀਬੱਧ ਹੁੰਦੇ ਨਾਲ 65 ਸਾਲ ਤੋਂ ਵੱਧ ਆ ਪ੍ਰਾਣੀ ਸੰਸਥਾ ਅਧੇ ਆਧੁਨਿਕੀਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਤੇ ਅਸੀਂ ਉਹਨਾਂ ਦੇ ਉਤਪਾਦ ਨੂੰ ਆਧੁਨਿਕਾ ਬਣਾਉਣਾ ਤੇ ਪਾਲਿਸੀ ਧਾਰਕਾਂ ਨੂੰ ਲਾਭਾਂਸ਼ਾ ਦੇਣ ਦੇ ਲਈ ਪ੍ਰਬੰਧਨ ਦੇ ਨਾਲ ਕੰਮ ਕਰ ਰਹੇ ਹਾਂ ਹੁਣ ਤਾਂ ਇਹ ਸਾਬਤ ਹੋ ਗਿਆ ਹੈ ਕਿ ਪ੍ਰਤਾਪ ਸਿੰਘ 바이ਵਾ ਪ੍ਰਤਾਪ ਸਿੰਘ ਦਾ ਭਾਈਪਾ ਬਣ ਕੇ ਮਾਲਬਿੰਦਰ ਸਿੰਘ ਕਾਂਗ ਜੀਆ ਦੋਸਤੋ ਆਮ ਆਦਮੀ ਪਾਰਟੀ ਨੇ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ 바이ਵਾ ਦੇ ਬਿਆਨ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਤੇ ਆਪ ਪੰਜਾਬ ਦੇ ਮੁੱਖ ਬੁਲਾਰੇ ਮਾਲਬਿੰਦਰ ਸਿੰਘ ਕਾਂਗ ਨੇ ਕਹਿ ਕੇ ਹੁਣ ਇਹ ਸਾਬਤ ਹੋ ਚੁੱਕਿਆ ਹੈ ਕਿ ਪੰਜਾਬ ਦੇ ਵਿੱਚ ਭਾਈਪਾ ਦੇ ਆਪਰੇਸ਼ਨ ਲਾਟਸ ਨੂੰ ਸਫਲ ਬਣਾਉਣ ਦੇ ਲਈ ਕਾਂਗਰਸ ਅਤੇ ਇਹਦੇ ਵੱਡੇ ਆਗੂ ਭਾਈਪਾ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਬਾਦ ਅਬਾਦ ਨੂੰ ਚੰਡੀਗੜ੍ਹ ਆ ਪਾਰਟੀ ਹੈੱਡਕੁਆਰਟਰ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਾਂਗ ਦਾ ਕਹਿਣਾ ਹੈ ਕਿ ਪ੍ਰਤਾਪ ਸਿੰਘ ਵਾਇਬਾ ਨੇ ਹਾਲ ਹੀ ਵਿੱਚ ਕਾਂਗਰਸੀ ਵਰਕਰਾਂ ਨੂੰ ਇੱਕ ਖੁਸ਼ਖਬਰੀ ਸੁਣਾਉਂਦਿਆਂ ਕਿਹਾ ਹੈ ਕਿ ਉਹ ਉਹਨਾਂ ਨੂੰ ਉਮੀਦ ਹੈ ਕਿ ਜਲਦ ਹੀ ਮਹਾਰਾਸ਼ਟਰ ਦੇ ਵੰਗ ਪਾਇਪਾ ਦੇ ਵਿੱਚ ਵੀ ਸਰਕਾਰ ਪਾਇਪਾ ਪੰਜਾਬ ਵਿੱਚ ਵੀ ਸਰਕਾਰ ਢੇਗ ਦੇਵੇਗੀ ਕਾਂਗ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਸੁਣ ਕੇ ਬਹੁਤ ਹੈਰਾਨੀ ਹੋਈ ਹੈ ਕਿ ਪਰ ਇਹ ਸਾਬਤ ਹੋ ਚੁੱਕਿਆ ਹੈ ਕਿ ਪ੍ਰਤਾਪ ਸਿੰਘ ਵਾਇਬਾ ਹੁਣ ਪ੍ਰਤਾਪ ਸਿੰਘ ਭਾਈਪਾ ਬਣ ਗਏ ਹਨ। ਰਾਮ ਰਹੀਮ ਮੜ ਜਾਮ ਇਹ ਇਨਸਾ ਵਾਲੀ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਦੇ ਵਿਚਾਰ ਰੰਧਾਵਾ ਨੇ ਪੰਜਾਬ ਤੇ ਕੇਂਦਰ ਨੂੰ ਕੀਤੀ ਅਪੀਲਤਾ ਦੋਸਤੋ ਡੇਰਾ ਸਰਸਾ ਮੁਖੀ ਗੁਰਮੀਤ ਰਾਮ ਰਹੀਮਾ ਸਿੰਘ ਨੂੰ ਇਸ ਸਮੇਂ 40 ਦਿਨ ਦੇ ਪਰੋਲੇ ਮਿਲੀ ਹੋਈ ਹੈ ਤੇ ਸੱਤ ਸੰਗ ਦਾ ਦੌਰ ਜਾਰੀ ਹੈ ਤੇ ਵਿਰੋਧੀਆਂ ਦੇ ਵੱਲੋਂ ਇਹਨਾਂ ਸੱਤ ਸੰਗਾਂ ਨੂੰ ਰਾਜਨੀਤਿਕ ਪੱਖ ਤੋਂ ਵੀ ਦੇਖਿਆ ਜਾ ਰਿਹਾ ਤੇ ਜਿਸ ਵਿੱਚ ਰੋਜ਼ਾਨਾ ਚੋਣਾਂ ਦੇ ਮੱਦੇਨਜ਼ਰ ਸਿਆਸਤ ਦਾ ਨਾ ਡੇਰਾ ਮੁਕੀਦਾਂ ਚੌਂਕਾਂਾਂ ਭਰ ਦੇ ਵੇਖੇ ਜਾ ਸਕਦੇ ਹਨ ਤੇ ਪਿਛਲੇ ਦਿਨਾਂ ਦੇ ਦੌਰਾਨ ਹਰਿਆਣਾ ਦੇ ਭਾਏ ਭਾ ਆਗੂਆਂ ਦੇ ਹਾਜ਼ਰੀ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਆ ਤੇ ਇਸ ਦੇ ਨਾਲ ਹੀ ਡੇਰਾ ਮੁਕੀ ਦੇ ਵੱਲੋਂ ਪਰੋਲ ਤੇ ਔਨ ਪਿੱਛੋਂ ਪੰਜਾਬ ਦੇ ਉਸ ਨਾਮ ਦੇ ਵਿੱਚ ਡੇਰਾ ਖੁੱਲਣ ਨੂੰ ਲੈ ਕੇ ਵੀ ਬਿਆਨ ਦਿੱਤਾ ਗਿਆ ਜਿਸ ਤੇ ਬਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅਮਰਿਤਪਾਲ ਸਿੰਘ ਦੇ ਪ੍ਰਤੀਕਿਰਿਆ ਨੇ ਇਸ ਨੂੰ ਹੋਰ ਅਭਿਪਕਾ ਦਿੱਤਾ ਹੈ ਤੇ ਹੁਣ ਬੀਤੇ ਦਿਨ ਹਣੀਪ੍ਰੇਤ ਦੇ ਡੇਰੇ ਦੇ ਉੱਤੇ ਕਾਬਜ਼ੇ ਦੀਆਂ ਚਰਚਾਵਾਂ ਅਤੇ ਡੇਰਾਮੁਕੀ ਦੇ ਵੱਲੋਂ ਸੱਤ ਸੰਗ ਦੇ ਦੌਰਾਨ ਮੋੜ ਖੁੱਦ ਨੂੰ ਜ਼ੋਰ ਦੇ ਕੇ ਆ ਗੁਰੂ ਦੱਸਿਆ ਗਿਆ ਹੈ ਤੇ ਹਣੀਪ੍ਰੇਤ ਨੂੰ ਰਹਾਣੀ ਦੇ 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 ਉਪਾਦੀ ਦਾ ਐਲਾਨ ਕੀਤਾ ਗਿਆ ਹੈ ਇਹਨਾਂ ਸਾਰੀਆਂ ਸਰਗਰਮੀਆਂ ਨੂੰ ਵੇਖਦੇ ਹੋਏ ਕਾਂਗਰਸ ਦੇ ਸਾਬਕਾ ਕੈਬਨਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਰਾਮਰਹੀਮ ਨੂੰ ਮਿਲੀ ਪੈਰੋਲ ਤੇ ਸਵਾਲ ਖੜੇ ਕੀਤੇ ਹਨ ਤੇ ਉਨ੍ਹਾਂ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਡੇਰਾਮੁਕੀ ਮੋੜ ਏ ਅਮੋੜਾ ਜਾਮੇ ਇਨਸਾ ਵਰਗੇ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਜਾਂ ਜਦੇ ਨਾਲ ਪੰਜਾਬ ਦਾ ਮਾਹੌਲ ਫਿਰ ਖਰਾਬ ਕਰਨ ਦੀ ਤਿਆਰੀ ਵਿੱਚ ਹੈ। ਉਹਨਾਂ ਨੇ ਇਸ ਮਾਮਲੇ ਤੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਐਕਸ਼ਨ ਲੈਣ ਦੇ ਲਈ ਕਿਹਾ ਹੈ। ਸੇਵਾ ਕੇਂਦਰਾਂ ਦਾ ਸਮਾਮੜ ਹੋਇਆ ਸਵੇਰੇ 9 ਤੋਂ ਸ਼ਾਮੀ 5 ਵਜੇ ਤੱਕ ਤਾਂ ਦੋਸਤੋ ਡੈਪਟੀ ਕਮਿਸ਼ਨਰ ਬਲਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 5:00 ਤੋਂ ਲੈ ਕੇ ਸ਼ਾਮ 5:00 ਸਵੇਰੇ 9:00 ਤੋਂ ਲੈ ਕੇ ਸ਼ਾਮ 5:00 ਤੱਕ ਹੋਵੇਗਾ ਤੇ ਉਹਨਾਂ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਨੂੰ ਆਪਰੇਟਰ ਅਰੋਸਟਰਾ ਪ੍ਰਣਾਲੀ ਦੇ ਬਾਰ ਤੋਂ ਕਰਕੇ ਹਫ਼ਤੇ ਦੇ 7 ਦਿਨ ਸੰਚਾਲਿਤ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਸੇਵਾ ਕੇਂਦਰ ਦੇ ਵਿੱਚ ਹੁਣ ਸੋਮਵਾਰ ਤੋਂ ਸ਼ੁੱਕਰਵਾਰ ਤੱਕ 100% ਸਟਾਫ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ 50% ਸਟਾਫ ਦੇ ਨਾਲ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੇ 5 ਵਜੇ ਤੱਕ ਆਮ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ ਨਵਯੋਤ ਸਿੱਧੂ ਨੂੰ ਕੋਰਟ ਤੋਂ ਰਾਹਤ ਨਹੀਂ ਹੋਣਾ ਪਵੇਗਾ ਫਿਜ਼ੀਕਲ ਪੇਸ਼ ਆ ਤਾਂ ਦੋਸਤੋ ਨਵਯੋਤ ਸੰਘ ਸਿੱਧੂ ਨੂੰ ਸੀਐਲਯੂ ਮਾਮਲੇ ਦੇ ਵਿੱਚ ਲੁਧਿਆਣਾ ਕੋਰਟ ਦੇ ਵਿੱਚ ਫਿਜ਼ੀਕਲ ਤੌਰ ਤੇ ਹਾਜ਼ਰ ਹੁੰਦੇ ਰਾਹਤ ਮਿਲ ਗਈ ਹੈ ਲੁਧਿਆਣਾ ਦੇ ਸੀਜੇਐਮ ਵਿੱਚ ਸਿੱਧੂ ਆ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਚੀ ਭਗਤ ਸਕਣਗੇ ਰਿਪੋਰਟ ਵਿੱਚ ਹੋਇਆ ਵੱਡਾ ਖੁਲਾਸਾ ਜਾਣੋ ਹੁਣ ਤੱਕ ਕਿੰਨੇ ਕਿਸਾਨਾਂ ਨੂੰ ਮਿਲਿਆ ਕਰਜ਼ਾ ਮੁਆਫੀ ਦਾ ਲਾਭ ਜਿਆਨ ਉਸ ਤੋਂ ਕਰਜ ਦੇ ਬੋਝ ਥੱਲੇ ਦਬੇ ਕਿਸਾਨਾਂ ਨੂੰ ਹਮੇਸ਼ਾ ਸਰਕਾਰ ਤੋਂ ਮਦਦ ਦੀ ਆਸ ਬੱਜੀ ਰਹਿੰਦੀ ਆ ਤੇ ਦੂਜੇ ਪਾਸੇ ਸਰਕਾਰਾਂ ਵੀ ਕਿਸਾਨਾਂ ਦੀਆਂ ਪਰੇਸ਼ਾਨੀਆਂ ਨੂੰ ਦੇਖਦਿਆਂ ਹੋਇਆਂ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜੀਆਂ ਨਜ਼ਰ ਆਉਂਦੀਆਂ ਹਨ ਤੇ ਇਹੀ ਵਜ੍ਹਾ ਹੈ ਕਿ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੇ ਲਈ ਸਮੇਂ-ਸਮੇਂ ਤੇ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਇਨ੍ਹਾਂ ਸਕੀਮਾਂ ਦੇ ਵਿੱਚੋਂ ਇੱਕ ਹੈ ਕਰਜ਼ਾ ਮਾਫੀ ਸਕੀਮ ਆਉ ਜਾਣਦੇ ਆ ਕਿ ਹੁਣ ਤੱਕ ਕਿੰਨੇ ਕੁ ਕਿਸਾਨਾਂ ਨੂੰ ਐਸਾ ਸਕੀਮ ਦਾ ਲਾਭ ਮਿਲ ਚੁੱਕਾ ਹੈ ਤੇ ਕਿਸਾਨਾਂ ਦੇ ਭਲਾਈ ਦੇ ਲਈ ਸਰਕਾਰ ਦੇ ਵੱਲੋਂ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਤੇ ਇਨ੍ਹਾਂ ਸਕੀਮਾਂ ਵਿੱਚੋਂ ਇੱਕ ਹੈ ਕਰਜ਼ਾ ਮੁਆਫੀ ਸਕੀਮ ਜਿਹਦੇ ਤਹਿਤ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਂਦੇ ਹਨ ਦੱਸ ਦਈਏ ਕਿ ਇਸ ਸਕੀਮ ਕਈ ਸੂਬਿਆਂ ਵਿੱਚ ਚਲਾਈ ਜਾ ਰਹੀ ਆ ਪਰ ਹਾਲ ਹੀ ਦੇ ਵਿੱਚ ਸਟੇਟ ਬੈਂਕ ਆਫ ਇੰਡੀਆ ਨੇ ਐਸਾ ਜੋਇਨਾ ਦੇ ਨਾਲ ਜੁੜਿਆ ਕਰ ਰਿਪੋਰਟ ਸਾਂਝੀ ਕੀਤੀ ਹੈ ਜਿਸ ਵਿੱਚ ਹੈਰਾਨ ਕਰ ਦੇਣ ਵਾਲੇ ਖੁਲਾਸੇ ਹੋਏ ਹਨ ਤੁਹਾਨੂੰ ਦੱਸ ਦੇ ਕਿ ਐਸ ਐਸ ਸਕੀਮ ਦੇ ਤਹਿਤ ਤਾਂ ਦੇਖਦੇ 50 ਫੀਸਦੀ ਕਿਸਾਨਾਂ ਨੂੰ ਹੀ ਐਸ ਜੋਇਨਾ ਦਾ ਲਾਭ ਮਿਲਿਆ ਜੋ ਕਿ 50 ਫੀਸਦੀ ਕਿਸਾਨ ਹਾਲੇ ਵੀ ਐਸ ਸਕੀਮ ਤੋਂ ਬਾਝੇ ਹਨ ਇਹ ਗੱਲ ਅਸੀਂ ਨਹੀਂ ਸਗੋਂ ਐਸ ਬੀਆਈ ਦੀ ਇੱਕ ਰਿਪੋਰਟ ਵਿੱਚ ਪੇਸ਼ ਕੀਤੇ ਤੱਥ ਕਹਿ ਰਹੇ ਹਨ ਹਾਲਾਂਕਿ ਸਰਕਾਰ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਜ਼ਿਆਦਾਤਰ ਕਿਸਾਨਾਂ ਨੂੰ ਕਾਰਜਾ ਮੁਆਫੀ ਦਾ ਲਾਭ ਮਿਲ ਚੁੱਕਿਆ ਹੈ ਆਦਮਪੁਰ ਹਲਕੇ ਦੇ ਚੋਣ ਮੈਦਾਨ ਦੇ ਵਿੱਚ ਨਿਤਰੇ ਭਗਵੰਤ ਮਾਨ ਬੋਲੇ ਦਿੱਲੀ ਤੇ ਪੰਜਾਬ ਤੋਂ ਬਾਅਦ ਹੁਣ ਹਰਿਆਣਾ ਦੇ ਬਾਰੇ ਤਾਂ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚ ਬਦਲਾਅ ਦੀ ਹਵਾ ਚੱਲ ਰਹੀ ਹੈ ਗੁਜਰਾਤ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੇ ਲੋਕ ਇਸ ਬਦਲਾਅ ਦਾ ਹਿੱਸਾ ਬਣ ਦੇ ਲਈ ਉਤਸ਼ਾਹਤ ਹਨ ਤੇ ਵਿਧਾਨ ਸਭਾ ਹਲਕਾ ਆਦਮਪੁਰ ਹਰਿਆਣਾ ਦੇ ਵਿੱਚ ਆਪ ਦੇ ਉਮੀਦਵਾਰ ਸਤਵਿੰਦਰ ਸਿੰਘ ਦੇ ਹੱਕ ਦੇ ਵਿੱਚ ਆ ਜੋਰਦਾਰ ਪ੍ਰਚਾਰ ਕਰਦੇ ਆ ਮੋੱਖ ਮੰਤਰੀ ਮਾਨ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕਾਂ ਨੇ ਸਾਡੇ ਤੇ ਵਿਸ਼ਵਾਸ ਕਰਕੇ ਵੋਟਾਂ ਪਾਈਆਂ ਹਨ ਤੇ ਅਸੀਂ ਇਸ ਭਰੋਸੇ ਨੂੰ ਟੁੱਟਣ ਨਹੀਂ ਦੇਵਾਂਗੇ। ਉਹਨਾਂ ਦਾ ਕਹਿਣਾ ਹੈ ਕਿ ਹੁਣ ਹਰਿਆਣਾ ਦੀ ਵਾਰੀ ਆ ਤੇ ਹਰਿਆਣਾ ਵਿੱਚ ਐਸਾ ਬਦਲਾਅ ਦਾ ਆਧਾਰ ਆਦਮਪੁਰ ਵਿਧਾਨ ਸਭਾ ਹਲਕੇ ਦੇ ਨਾਲ ਬਣਿਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਕਿ ਜੇਕਰ ਹਰਿਆਣਾ ਦੇ ਲੋਕਾਂ ਬਿਹਤਰ ਸੇਵਾਤਾ ਤੇ ਸਿੱਖਿਆ ਸਹੂਲਤਾਂ ਬਿਹਤਰ ਪ੍ਰਸ਼ਾਸਨ ਚਾਹੁੰਦੇ ਹਨ ਤਾਂ ਸਾਡੇ ਤੇ ਭਰੋਸਾ ਕਰਨ ਤੇ ਇਸ ਭਰੋਸੇ ਨੂੰ ਟੁੱਟਣ ਨਹੀਂ ਦਿੱਤਾ ਜਾਵੇਗਾ ਹੁਣ ਆਧਾਰ ਕਾਰਡ ਦੇ ਵਿੱਚ ਬਾਰ-ਬਾਰ ਨਹੀਂ ਬਦਲਵਾ ਸਕਦੇ ਨਾਂ ਜਾਣੋ ਕੀ ਹਨ ਨਿਜਮਤਾ ਦੋਸਤੋ ਅੱਜ ਦੇ ਸਮੇਂ ਵਿੱਚ ਆਧਾਰ ਕਾਰਡ ਸਭ ਤੋਂ ਮਹੱਤਵਪੂਰਨ ਦਾਸਤਾਵੇਜ਼ਾਂ ਦੇ ਵਿੱਚ ਇੱਕ ਬਣ ਗਿਆ ਤੇ ਅੱਜ ਆਧਾਰ ਕਾਰਡ ਹਰ ਛੋਟੇ ਅਤੇ ਵੱਡੇ ਕੰਮ ਦੇ ਲਈ ਬਹੁਤ ਜ਼ਰੂਰੀ ਦਸਤਾਵੇਜ਼ ਬਣ ਗਿਆ ਤੇ ਆਧਾਰ ਦੇ ਬਰਤੋਂ ਕਾਰਨ ਇਸ ਨੂੰ ਅਪਡੇਟ ਰੱਖਣਾ ਬਹੁਤ ਜ਼ਰੂਰੀ ਹੈ ਕਈ ਵਾਰ ਆਧਾਰ ਕਾਰਡ ਬਣਾਉਂਦੇ ਸਮੇਂ ਕੁਝ ਜਾਣਕਾਰੀ ਅਧੂਰੀ ਰਹਿ ਜਾਂਦੀ ਹੈ ਜਿਸ ਨੂੰ ਤੁਸੀਂ ਉਸ ਸਮੇਂ ਤੇ ਠੀਕ ਕਰਵਾ ਸਕਦੇ ਹੋ ਤੇ ਜੇਕਰ ਕਾਰਡ ਵਿੱਚ ਤੁਹਾਡੇ ਨਾਂ ਦੀ ਸਪੈਲਿੰਗ ਗਲਤ ਹੈ ਤਾਂ ਤੁਸੀਂ ਉਸ ਸਮੇਂ ਤੇ ਉਸ ਨੂੰ ਠੀਕ ਕਰਵਾ ਸਕਦੇ ਹੋ ਤੇ ਗਲਤ ਜਾਣਕਾਰੀ ਦੇ ਨਾਲ ਆਧਾਰ ਕਾਰਡ ਦੇ ਵਰਤੋਂ ਕਰਦੇ ਸਮੇਂ ਤੁਹਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਆਧਾਰ ਦੇ ਵਿੱਚ ਸਾਰੀ ਜਾਣਕਾਰੀ ਨੂੰ ਭਰਨਾ ਜ਼ਰੂਰੀ ਹੈ ਆਧਾਰ ਜਾਰੀ ਕਰਨ ਵਾਲੇ ਸੰਸਥਾ ਅ ਯੂਨੀਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਵੀ ਲੋਕਾਂ ਨੂੰ ਸਮੇਂ-ਸਮੇਂ ਤੇ ਆਪਣਾ ਆਧਾਰ ਅਪਡੇਟ ਕਰਨ ਦੀ ਅਪੀਲ ਕਰਦੀ ਹੈ ਤੇ ਆਧਾਰ ਇੱਕ ਮਹੱਤਵਪੂਰਨ ਦਸਤਾਵੇਜ਼ ਬਣ ਜਾਣ ਦੇ ਨਾਲ ਬਹੁਤ ਜ਼ਰੂਰੀ ਹੋ ਚੁੱਕਿਆ ਹੈ ਤੇ ਤੁਹਾਡੇ ਆਧਾਰ ਦੇ ਵਿੱਚ ਦਰਜ ਕੀਤੀ ਗਈ ਹਰ ਸਹੀ ਜਾਣਕਾਰੀ ਸਹੀ ਹੋਵੇ ਤੇ ਆਧਾਰ ਕਾਰਡ ਜਾਰੀ ਕਰਨ ਵਾਲੀ ਸੰਸਥਾ UIDAI ਆਧਾਰ ਕਾਰਡ ਵਿੱਚ ਨਾਮ ਜਨਮ ਦੇ ਪਤਾ ਮੋਬਾਈਲ ਨੰਬਰ ਲਿੰਗ ਆਦ ਵਰਗੀਆਂ ਜਾਣਕਾਰੀਆਂ ਨੋ ਬਦਲਣ ਦੇ ਸਹੂਲਤਾ ਪ੍ਰਦਾਨ ਕਰ ਦਿਆ ਤੇ ਆਓ ਤੁਹਾਨੂੰ ਦੱਸ ਦਿਆ ਕਿ ਤੁਸੀਂ ਕਿੰਨੀ ਵਾਰ ਆਧਾਰ ਨੂੰ ਅਪਡੇਟ ਕਰ ਸਕਦੇ ਹੋ ਨਾਮ ਵਿੱਚ ਦੋ ਵਾਰ ਹੋਵੇਗਾ ਬਦਲਾ ਜੀ ਹਾਂ ਦੋਸਤੋ ਜੇਕਰ ਆਧਾਰ ਕਾਰਡ ਦੇ ਵਿੱਚ ਨਾਮ ਦੇ ਸਪੈਲਿੰਗ ਵਿੱਚ ਕੋਈ ਗਲਤੀ ਹੈ ਜਾਂ ਔਰਤਾ ਇਸ ਤੋਂ ਬਾਅਦ ਆਪਣਾ ਜਾਂ ਔਰਤਾ ਵਿਆਹ ਤੋਂ ਬਾਅਦ ਆਪਣਾ ਸਰਨੇਮ ਬਦਲਣਾ ਚਾਹੁੰਦੀਆਂ ਹਾਂ ਤਾਂ ਉਹ ਅਜਿਹਾ ਕਰ ਸਕਦੀਆਂ ਹਨ ਤੇ UIDAI ਆਨਲਾਈਨ ਜਾਂ ਆਫਲਾਈਨ ਮੂੜ ਦੁਮਾਰੀ ਬੱਚੇ ਦਾ ਨਾਮ ਬਦਲਣ ਦੀ ਇਜਾਜ਼ਤ ਦਿੰਦਾ ਪਰ ਆਧਾਰ ਕਾਰਡ ਦੇ ਵਿੱਚ ਨਾਮ ਅਪਡੇਟ ਸਿਰਫ 2 ਬਾਰ ਕੀਤਾ ਜਾ ਸਕਦਾ ਹੈ ਇੱਕ ਬਾਰ ਬਦਲਾ ਜਾ ਸਕਦਾ ਹੈ ਲਿੰਗ ਜੇਕਰ ਤੁਹਾਡਾ ਲਿੰਗ ਆਧਾਰ ਕਾਰਡ ਦੇ ਵਿੱਚ ਗਲਤ ਦਰਜ ਕੀਤਾ ਗਿਆ ਤਾਂ ਤੁਹਾਨੂੰ ਖਬਰਾਉਣ ਦੀ ਲੋੜ ਨਹੀਂ ਹੈ ਜੁਆਈ ਆਈ ਡੀ ਆਈ ਦੇ ਨਿਯਮਾਂ ਦੇ ਮੁਤਾਬਕ ਇਸ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ ਜੁਆਈ ਆਈ ਡੀ ਆਈ ਆਧਾਰ ਕਾਰਡ ਦੇ ਵਿੱਚ ਲਿੰਗ ਅਪਡੇਟ ਕਰਨ ਦਾ ਸਿਰਫ ਇੱਕ ਮੌਕਾ ਦਿੰਦਾ ਹੈ